ਜਦੋਂ ਗੁਰੂ ਅਮਰਦਾਸ ਸਾਹਿਬ ਨੇ ਗੱਲ ਕਹੀ ਉਸ ਟਾਈਮ ਬੜੀ ਬਿਮਾਰੀ ਸੀ। ਉਸ ਟਾਈਮ ਸਭ ਤੋਂ ਜ਼ਿਆਦਾ ਵਿਰੋਧ ਬਾਹਮਣਾਂ ਨੇ ਕੀਤਾ ਸੀ ਗੁਰੂ ਅਮਰਦਾਸ ਸਾਹਿਬ ਦਾ। ਅਤੇ ਇੱਥੋਂ ਤੱਕ ਇੱਕ ਟਾਈਮ ਆਇਆ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਇਹ ਸ਼ਰਤ ਲਗਾ ਦਿੱਤੀ ਕਿ ਜਿਹੜਾ ਸਾਡੀ ਪੰਗਤ ਵਿੱਚ ਬੈਠ ਕੇ ਲੰਗਰ ਛਕੇਗਾ, ਲੰਗਰ ਵੀ ਛਕੇ, ਉਹਨੂੰ ਇੱਕ ਮੋਹਰ ਦਿੱਤੀ ਜਾਏਗੀ। ਇੱਕ ਮੋਹਰ ਲੰਗਰ ਛਕਣ ਵਾਲੇ ਨੂੰ ਦਿੱਤੀ ਜਾਂਦੀ ਸੀ। ਕਿਉਂ ਭਲਾ? ਕਿਉਂਕਿ ਤੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਲਚ ਨਾਲ ਹੀ ਸਹੀ ਬੈਠੇ ਤੇ ਸਹੀ ਆ ਕੇ ਤੇਰਾ ਹੰਕਾਰ ਤਾਂ ਟੁੱਟੇ। ਤੇ ਕਹਿੰਦੇ ਜਦੋਂ ਮੋਹਰ ਦੀ ਗੱਲ ਆਈ ਤੇ ਵੱਡੇ ਵੱਡੇ ਤਪੀ, ਵੱਡੇ ਵੱਡੇ ਬਾਹਮਣ, ਵੱਡੇ ਵੱਡੇ ਜਤੀ, ਵੱਡੇ ਵੱਡੇ ਜਾਤ ਅਭਿਮਾਨੀ ਉਹ ਵੀ ਆਉਣ ਲੱਗ ਪਏ। ਨਿਆਣਿਆਂ ਨੂੰ ਵੀ ਲਿਆਉਣ ਲੱਗ ਪਏ ਵੀ ਚਲੋ ਜੇ ਘਰ ਦੇ 10 ਜੀ ਹੈ ਤੇ ਇੱਕ ਟਾਈਮ ਨਾਲੇ ਲੰਗਰ ਫਰੀ, ਨਾਲੇ ਮੋਹਰਾਂ, ਘਰ ਜਾ ਕੇ 5-7 ਵਾਰੀ ਇਸ਼ਨਾਨ ਕਰ ਲਾਂਗੇ, ਕੋਈ ਨਹੀਂ ਮੈਲ ਮੂਲ ਲੱਗ ਜਾਣੀ। ਕੋੜ ਵੀ ਸੀ ਨਾ ਦਿਮਾਗ ਦੇ ਵਿੱਚ, ਕੋੜ ਨਹੀਂ ਸੀ ਜਾਂਦਾ, ਪਰ ਲੰਗਰ ਛਕਦੇ ਸੀ ਭਾਵੇਂ ਲਾਲਚ ਵਸ ਆ ਕੇ ਛਕਦੇ ਸੀ। ਇੱਕ ਟਾਈਮ ਇੱਦਾਂ ਦਾ ਆਇਆ ਸੀ। ਫਿਰ ਉਸ ਟਾਈਮ ਜਦੋਂ ਲੰਗਰ ਦੇ ਖਿਲਾਫ, ਗੁਰੂ ਨਾਨਕ ਸਾਹਿਬ ਦੇ ਘਰ ਦੇ ਖਿਲਾਫ ਬਾਦਸ਼ਾਹ ਸੀ ਅਕਬਰ, ਉਹਨੂੰ ਸ਼ਿਕਾਇਤਾਂ ਲਾਈਆਂ ਗਈਆਂ। ਬਾਦਸ਼ਾਹ ਅਕਬਰ ਉਹਨੀ ਦਿਨੀ ਪੰਜਾਬ ਦੇ ਵਿੱਚ ਆਇਆ ਹੋਇਆ ਸੀ ਕਿਸੇ ਕਾਰਨ ਦੇ ਕਾਰਨ ਵਸ, ਉਹਨੂੰ ਸ਼ਿਕਾਇਤਾਂ ਲਾਈਆਂ ਗਈਆਂ। ਬਾਦਸ਼ਾਹ ਅਕਬਰ ਨੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਸੁਣਿਆ ਭਜਵਾਇਆ ਅਤੇ ਗੁਰੂ ਅਮਰਦਾਸ ਸਾਹਿਬ ਦੀ ਉਮਰ ਉਸ ਟਾਈਮ 82 ਸਾਲ ਦੀ ਹੋ ਚੁੱਕੀ ਸੀ, ਉਹ ਆਪ ਨਹੀਂ ਸੀ ਜਾ ਸਕਦੇ। ਉਹਨਾਂ ਨੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜਿਹੜੇ ਅਜੇ ਗੁਰੂ ਨਹੀਂ ਸੀ ਬਣੇ ਅਤੇ ਉਹਨਾਂ ਦੀ ਉਮਰ ਉਸ ਟਾਈਮ 23 ਸਾਲ ਸੀ, 23 ਸਾਲ 23 23 ਸਾਲ ਦੀ ਉਮਰ ਦੇ ਗੁਰੂ ਰਾਮਦਾਸ ਸਾਹਿਬ ਸੀ ਜਿਨ੍ਹਾਂ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਵੀ ਜਾ ਬਾਦਸ਼ਾਹ ਨੂੰ ਜਾ ਕੇ ਨਿਰਉੱਤਰ ਕਰਕੇ ਆ, ਉਹਨੂੰ ਸਮਝਾ ਕੇ ਆ। ਕਹਿੰਦੇ ਅਕਬਰ ਦੇ ਕੋਲ ਜਿਸ ਟਾਈਮ ਗੁਰੂ ਰਾਮਦਾਸ ਸਾਹਿਬ ਜੀ ਗਏ, ਜਾਤ ਅਭਾਨੀ ਪੰਡਿਤ ਬੜੇ ਬੜੇ ਵੱਡੇ ਉੱਥੇ ਵਿਦਵਾਨ ਬੈਠੇ ਸੀ, ਉਹਨਾਂ ਨੇ ਆ ਕੇ ਸ਼ਰਤਾਂ ਇਹ ਲਾਈਆਂ, ਕਿਹਾ ਵੀ ਇਹ ਲੋਕ ਵੇਦਾਂ ਨੂੰ ਨਹੀਂ ਮੰਨਦੇ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਬਿਲਕੁਲ ਨਹੀਂ ਮੰਨਦੇ, ਆਪਾਂ ਨਹੀਂ ਮੰਨਦੇ। ਇਹ ਲੋਕ ਊਚ ਨੀਚ ਜਾਤ ਪਾਤ ਨੂੰ ਨਹੀਂ ਮੰਨਦੇ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਨਹੀਂ ਮੰਨਦੇ। ਗੁਰੂ ਨਾਨਕ ਸਾਹਿਬ ਦਾ ਘਰ ਕੀ ਕਹਿੰਦਾ ਹੈ ਕਿ ਸਾਰੇ ਇੱਕ ਤੋਂ ਪੈਦਾ ਹੋਏ ਹਾਂ। ਬਾਬਾ ਕਬੀਰ ਸਾਹਿਬ ਨੇ ਕੀ ਕਿਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਸਲਾਮ ਦੇ ਵਿੱਚ ਹੋਵੇ, ਚਾਹੇ ਸਿੱਖਇਜ਼ਮ ਦੇ ਵਿੱਚ ਹੋਵੇ, ਚਾਹੇ ਕਿਸੇ ਹੋਰ ਧਰਮ ਦੇ ਵਿੱਚ, ਊਚ ਨੀਚ ਨਹੀਂ ਹੈ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਜਦੋਂ ਸਾਰੇ ਜੀਵ ਇੱਕ ਤਰ੍ਹਾਂ ਦੇ ਅਸੀਂ ਪੈਦਾ ਕੀਤੇ, ਵਾਹਿਗੁਰੂ ਨੇ ਪੈਦਾ ਕੀਤੇ, ਫਿਰ ਜਾਤ ਪਾਤ ਕਿਉਂ ਮੰਨੀਏ? ਜਿਵੇਂ ਬਾਬਾ ਕਬੀਰ ਸਾਹਿਬ ਨੇ ਇੱਕ ਜਗ੍ਹਾ 'ਤੇ ਆਖਿਆ, ਕਹਿੰਦੇ ਜੇਕਰ ਤੂੰ ਵਾਕਈ ਉੱਚਾ ਆਖਵਾਉਣਾ ਆਪਣੇ ਆਪ ਨੂੰ ਅਤੇ ਮੈਨੂੰ ਤੂੰ ਨੀਵਾਂ ਆਖਵਾ ਨੀਵਾਂ ਕਹਿੰਦਾ ਅਤੇ ਮੈਨੂੰ ਇਹ ਗੱਲ ਦੱਸ, ਤੁਮਕਤ ਬਾਹਮਣ, ਹਮਕਤ ਸ਼ੂਦ, ਹਮਕਤ ਲੋਹੂ, ਤੁਮਕਤ ਦੂਧ। ਸਮਝਿਓ ਇਹ ਗੱਲ ਨੂੰ, ਸਮਝ ਲੱਗੀ? ਇਹਦਾ ਮਤਲਬ ਹੈ ਜੇ ਤੂੰ ਆਪਣੇ ਆਪ ਨੂੰ ਬਾਹਮਣ ਅਤੇ ਮੈਨੂੰ ਜਲਾਹ ਕਹਿੰਦਾ, ਨੀਵੀਂ ਜਾਤ ਵਾਲਾ ਕਹਿੰਦਾ, ਮੈਨੂੰ ਗੱਲ ਦਾ ਜਵਾਬ ਦੇ, ਜਿਹੜੇ ਤਰੀਕੇ ਨਾਲ ਸੰਸਾਰ 'ਚ ਮੈਂ ਆਇਆ ਉਸੇ ਤਰੀਕੇ ਨਾਲ ਤੂੰ ਆਇਆ, ਤੂੰ ਅਸਮਾਨ ਤੋਂ ਸਿੱਧਾ ਥੋੜ੍ਹੀ ਡਿੱਗਾ। ਉਸੇ ਤਰੀਕੇ ਨਾਲ ਮੈਂ ਆਇਆ, ਉਸੇ ਤਰੀਕੇ ਨਾਲ ਤੂੰ ਆਇਆ, ਰੱਬ ਨੇ ਤੇਰੇ ਅੰਦਰ ਵੀ ਲਹੂ ਪੈਦਾ ਕੀਤਾ, ਮੇਰੇ ਅੰਦਰ ਵੀ ਲਹੂ ਚੱਲ ਰਿਹਾ, ਦਿਲ ਮੇਰੇ 'ਚ ਵੀ ਧੜਕਦਾ, ਤੇਰੇ 'ਚ ਵੀ ਧੜਕਦਾ, ਸਾਹ ਤੂੰ ਵੀ ਲੈਂਦਾ ਜਿਸ ਹਵਾ 'ਚੋਂ ਉਸੇ 'ਚੋਂ ਮੈਂ ਲੈਂਦਾ, ਜਿਹੜੀ ਧਰਤੀ ਦਾ ਤੂੰ ਖਾਣਾ ਉਸੇ ਧਰਤੀ ਦਾ ਮੈਂ ਖਾਣਾ, ਜਿਹੜੀ ਧਰਤੀ ਦਾ ਤੂੰ ਪਾਣੀ ਪੀਣਾ ਉਸੇ ਧਰਤੀ ਦਾ ਮੈਂ ਪਾਣੀ ਪੀਣਾ। ਜਦੋਂ ਸਾਰਾ ਕੁਝ ਸਾਂਝਾ, ਮੈਨੂੰ ਗੱਲ ਦਾ ਜਵਾਬ ਦੇ, ਤੇਰੇ ਵਿੱਚ ਕੀ ਲਹੂ ਚੱਲਦਾ? ਲਹੂ ਦੀ ਜਗ੍ਹਾ 'ਤੇ ਦੁੱਧ ਚੱਲਦਾ ਜਿਸ ਕਰਕੇ ਤੂੰ ਵੱਡਾ, ਅਤੇ ਮੇਰੇ 'ਚ ਲਹੂ ਚੱਲਦਾ ਅਤੇ ਮੈਂ ਛੋਟਾਂ? ਇੱਦਾਂ ਜਦੋਂ ਕਿਹਾ ਗਿਆ ਤਾਂ ਉਹ ਨਿਰਉੱਤਰ ਸੀ। ਉਹ ਕਹਿੰਦਾ ਨਹੀਂ ਜੀ, ਤੁਸੀਂ ਤਾਂ ਸ਼ੂਦਰ ਪੈਦਾ ਹੋਏ ਹੋ, ਨੀਵੇਂ ਪੈਦਾ ਹੋਏ ਹੋ, ਪਰ ਆਹ ਬਿਮਾਰੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਨੇ
ਕੱਟਣੀ ਸੀ, ਖਤਮ ਕਰਨੀ ਸੀ, ਜੋ ਕਿ ਸਿੱਖਇਜ਼ਮ ਦੇ ਵਿੱਚ ਦੁਬਾਰਾ ਫਿਰ ਆਪਾਂ ਲਿਆ ਕੇ ਵਾੜ ਦਿੱਤੀ। ਖੈਰ, ਗੁਰੂ ਰਾਮਦਾਸ ਸਾਹਿਬ ਨੇ ਕਿਹਾ ਨਾ ਆਪਾਂ ਗਾਇਤਰੀ ਮੰਤਰ ਮੰਨਦੇ ਹਾਂ, ਪਰ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ, ਕਿਉਂਕਿ ਇਲਜ਼ਾਮ ਲਗਾਏ ਸੀ ਇਹ ਗਾਇਤਰੀ ਮੰਤਰ ਨਹੀਂ ਮੰਨਦੇ। ਕਹਿੰਦੇ ਨਹੀਂ, ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਪੜ੍ਹਿਓ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰਗੁਰ। ਹਾਂ, ਪੜ੍ਹਦੇ ਹਾਂ ਆਪਾਂ ਤਾਂ, ਆਪਾਂ ਗਾਇਤਰੀ ਮੰਤਰ ਨਹੀਂ ਪੜ੍ਹਦੇ, ਨਾ ਮੰਨਦੇ ਚਾਰ ਵੇਦਾਂ ਨੂੰ, ਨਾ ਗਾਇਤਰੀ ਮੰਤਰ ਨੂੰ, ਨਾ ਮੰਨਦੇ ਊਚ ਨੀਚ ਜਾਤ ਪਾਤ, ਨਾ ਮੰਨਦੇ ਹਾਂ ਸਤੀ ਪ੍ਰਥਾ ਨੂੰ, ਨਾ ਆਪਾਂ ਪਾਉਂਦੇ ਹਾਂ ਜਨੇਊ, ਜਦੋਂ ਨਾ ਲਾਉਂਦੇ ਹਾਂ ਤਿਲਕ, ਨਾ ਪੂਜਦੇ ਹਾਂ ਆਪਾਂ ਤੁਲਸੀ, ਨਾ ਆਪਾਂ ਜਾਂਦੇ ਹਾਂ ਤੀਰਥ ਸਥਾਨਾਂ 'ਤੇ, ਨਾ ਨਹਾਉਂਦੇ ਹਾਂ ਗੰਗਾ, ਨਾ ਜਾਂਦੇ ਹਾਂ ਹਰਿਦੁਆਰ, ਨਾ ਜਾਂਦੇ ਹਾਂ ਜਗਨਨਾਥਪੁਰੀ, ਜਦੋਂ ਆਪਾਂ ਕੁਛ ਵੀ ਨਹੀਂ ਕਰਦੇ, ਆਪਾਂ ਕੌਣ ਆ? ਆਪਾਂ ਸਿੱਖ ਹਾਂ, ਸਾਡੀ ਇੱਕ ਵੱਖਰੀ ਆਈਡੈਂਟੀ ਹੈ, ਸਾਡੀ ਇੱਕ ਵੱਖਰੀ ਪਹਿਚਾਣ ਹੈ। ਇੱਥੋਂ ਸ਼ੁਰੂਆਤ ਹੋ ਗਈ ਸੀ, ਦੇਖੋ ਇੱਥੋਂ ਸ਼ੁਰੂਆਤ ਹੋ ਗਈ ਸੀ, ਜਦੋਂ ਗੁਰੂ ਨਾਨਕ ਸਾਹਿਬ ਨੂੰ ਧੱਕੇ ਨਾਲ ਜਨੇਊ ਪਵਾਇਆ ਜਾ ਰਿਹਾ ਸੀ, ਤਾਂ ਉਹਦਾ ਮਤਲਬ ਸੀ ਤੁਸੀਂ ਕੌਣ ਹੋ? ਹਿੰਦੂ ਹੀ ਹੋ। ਆਹ ਪਵਾੜਾ ਇਸ ਚੀਜ਼ ਦਾ, ਕਦੀ ਸਿੱਖ ਨੇ ਕਿਸ ਨੂੰ ਮਾੜਾ ਕਿਹਾ? ਕਦੇ ਵੀ ਨਹੀਂ। ਕਦੀ ਕਿਹਾ? ਕਦੇ ਵੀ ਨਹੀਂ। ਕਦੀ ਸਿੱਖ ਨੇ ਗਾਲਾਂ ਕੱਢੀਆਂ? ਕਦੇ ਵੀ ਨਹੀਂ। ਪਰ ਜਾਣ ਬੁੱਝ ਕੇ ਜਦੋਂ ਇਤਿਹਾਸ, ਸਾਡਾ ਇਤਿਹਾਸਕਾਰ ਇਤਿਹਾਸ ਕਹਿੰਦਾ ਵੀ ਪੁਆੜੇ ਪਾਏ ਗਏ, ਤਾਂ ਗੁਰੂ ਸਾਹਿਬਾਨਾਂ ਨੂੰ ਜਵਾਬ ਦੇਣਾ ਪਿਆ, ਨਹੀਂ ਜੀ, ਨਾ ਹਮ ਹਿੰਦੂ ਨਾ ਮੁਸਲਮਾਨ, ਆਪਾਂ ਸਿੱਖ ਹਾਂ। ਇਸ ਕਰਕੇ ਕਿਹਾ ਸੀ ਸਾਡੀ ਬੋਲੀ ਵੱਖਰੀ, ਸਾਡੀ ਬਾਣੀ ਵੱਖਰੀ, ਸਾਡੇ ਸਿਧਾਂਤ ਵੱਖਰੇ, ਅਤੇ ਜਿਹੜੀ ਗੱਲ ਆਉਂਦੀ ਹੈ ਲੰਗਰ ਪੰਗਤ ਦੀ, ਗੁਰੂ ਅਮਰਦਾਸ ਸਾਹਿਬ ਕਿਸੇ ਕੋਲੋਂ ਡੋਨੇਸ਼ਨ ਨਹੀਂ ਲੈਂਦੇ, ਗੁਰੂ ਅਮਰਦਾਸ ਸਾਹਿਬ ਕਿਸੇ ਕੋਲੋਂ ਪੈਸਾ ਨਹੀਂ ਮੰਗਦੇ, ਲੰਗਰ ਖਾਓ ਆ ਕੇ ਅਤੇ ਪੈਸੇ ਦੇ ਕੇ ਜਾਓ, ਨਹੀਂ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਉੱਚਾ ਹੈ, ਨੀਵਾਂ ਹੈ, ਕਾਲਾ ਹੈ, ਗੋਰਾ, ਕੋਈ ਵੀ ਹੈ, ਆਓ ਲੰਗਰ 'ਚ ਬੈਠੋ, ਛਕੋ, ਭਾਈਚਾਰਕ ਸਾਂਝ ਵਧਾਓ। ਜਦੋਂ ਉਹਦੇ ਖਾਣੇ 'ਚ ਗੱਲ ਪਈ ਗਈ ਤਾਂ ਅਕਬਰ ਨੇ ਗੁਰੂ ਰਾਮਦਾਸ ਸਾਹਿਬ ਨੂੰ ਸਨਮਾਨਿਤ ਕਰਕੇ ਭੇਜਿਆ, ਅਤੇ ਜਿਹੜੇ ਬਾਹਮਣ ਸਨ ਉਹਨਾਂ ਨੂੰ ਲਾਹਣਤਾ ਪਾ ਕੇ ਭੇਜਿਆ, ਤੁਸੀਂ ਤਾਂ ਸਮਾਜ 'ਚ ਲੜਾਈਆਂ ਪਵਾ ਰਹੇ ਹੋ, ਗੁਰੂ ਨਾਨਕ ਸਾਹਿਬ ਦਾ ਘਰ ਤਾਂ ਸਗੋਂ ਸਾਰਿਆਂ ਨੂੰ ਪਿਆਰ ਕਰਨਾ ਸਿਖਾ ਰਿਹਾ, ਕੋਈ ਜੀ ਸਤਨਾਮ। ਇਹ ਗੁਰੂ ਅਮਰਦਾਸ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ ਸੀ।